बिस्मिल्लाहिर्रहमानिर्रहीम अस्सलामुअलैकुम दोस्तों आज असी तुहानू जिहड़ा खूह दिखा रहे हैं ना डेढ़ 200 साल पुराना खूह है ते इत्थे पहले इहदे जरिए जमीनां नू पानी लाया जांदा सी ते हुण पानी तो नहीं इहदा इन्ना हुंदा लेकिन इन्हां दोस्तां ने जानवरां नू पानी पिलाउण वास्ते खूह रखिया होया है सिर्फ अपने बजुर्गों की एक निशानी रखी हुई है तो इहनू चलांदे ने रोज़ाना ही ते जानवरां नू पानी पिलांदे ने असी उह तुहानू दिखालदे हां चला के भी दिखालदे हां ते पानी किस तरह निकलता है सारा दिखाल दें जनाब जनाब टग्गा जोड़ दिता इन्होंने देखो जनाब ਬਜ਼ੁਰਗੋ ਇਹ ਜਿਹੜਾ ਖੂਹ ਹੈ ਕਿੰਨੇ ਕਰਸੇ ਤੋਂ ਲੱਗਾ ਹੋਇਆ ਇਹ ਘਾਟੀ ਦਾ 200 ਸਾਲ ਹੋ ਸੀ 200 ਸਾਲ ਹਾਂ ਅੱਛਾ ਪਹਿਲੇ ਇਹਦੇ ਨਾਲ ਤੁਸੀਂ ਫਸਲਾਂ ਨੂੰ ਵੀ ਪਾਣੀ ਲਾਉਂਦੇ ਸੀ ਫਸਲਾਂ ਨੂੰ ਪਾਣੀ ਪਿਲਾਉਂਦੇ ਆ ਤੇ ਬਾਰਿਸ਼ ਵਹਿੰਦੇ ਆ ਤੇ ਬਲਾ ਹੁਣ ਕਣਾਂ ਬੀਜਦੇ ਆ ਤੇ ਵਡਾਉਂਦੀਆਂ ਪਾਣੀ ਲੈਂਦੇ ਆ ਤੇ ਹੁਣ ਕਹਿਰਾ ਮਾਲ ਕੋ ਪਾਣੀ ਪਿਲਾਉਂਦੇ ਸੀ ਹੁਣ ਟੋਏ ਲਾ ਗੰਨਾ ਇਹ ਬਾਸ਼ਾਂ ਕੀ ਤਰੱਕੀ ਪਤਾ ਮਾਲ ਹੀ ਪਿਲਾਉਂਦੇ ਸੀ ਤੇ ਯਾਨੀ ਕਿ ਬਜ਼ੁਰਗਾਂ ਦੀਆਂ ਯਾਦਾਂ ਰੱਖੀਆਂ ਹੋਈਆਂ ਯਾਦਾਂ ਰੱਖੀਆਂ ਹੋਈਆਂ
ਤੇ ਇਹ ਡੇਲੀ ਦਾ ਕਿੰਨਾ ਕੁ ਪੀਚਾ ਕਰ ਲੈਂਦੇ ਸੀ ਇਹਦੇ ਨਾਲ? ਇਹਦੇ ਨਾਲ ਡੇਲੀ ਦਾ ਮੈਂ ਖੇਤ ਪੀਚ ਪੈਂਦਾ ਕਿੱਲਾ। ਅੱਛਾ ਹਾਂ, ਇੱਕੋ ਡਾਂਦ ਨਾਲ ਕੇ ਜਾਂ? ਹਾਂ, ਡਾਂਦ ਡਾਂਦ ਨੂੰ ਜੁਕਦੇ ਆ। ਅੱਛਾ ਜੀ, ਆ ਜੋੜਾ ਆਉਂਦਾ ਸਾਡੀ। ਇਹ ਅੱਜ ਦੀ ਵੀਡੀਓ ਤੁਹਾਨੂੰ ਦੋਸਤਾਂ ਨੂੰ ਚੰਗੀ ਲੱਗੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਦੇ ਬਟਨ ਨੂੰ ਪ੍ਰੈਸ ਕਰ ਦਿਓ। ਅਤੇ ਅਗਲੀ ਵੀਡੀਓ ਤੱਕ ਸਾਨੂੰ ਦਿਓ ਇਜਾਜ਼ਤ ਇਹਨਾਂ ਬਜ਼ੁਰਗਾਂ ਦੇ ਨਾਲ, ਅੱਲਾ ਸੋਹਣੇ ਦੇ ਹਵਾਲੇ।